ਸਿਰ ਉੱਪਰ ਸੱਚ ਕੇ ਆਏ ਸਤਿਗੁਰ ਕਾਂਸ਼ੀ ਵਾਲੇ, ਸੋਨੇ ਦੀ ਪਾਲਕੀ ਵਿੱਚ ਬਿਠਾਏ ਸਤਿਗੁਰ ਕਾਂਸ਼ੀ ਵਾਲੇ। ਰੱਬੀ ਨੂਰ ਗੁਰੂ ਰਵਿਦਾਸ। ਠੀਕ ਹੈ ਰਵਿਦਾਸ ਜੀ, ਹੁਣ ਤੁਸੀਂ ਆਪਣੀ ਪੱਥਰੀ ਤਾਰੋ। ਲੱਖਾਂ ਲੋਕ 52 ਰਾਜੇ। ਮੈਂ ਤਾਂ ਸੁਣਿਆ ਰਾਜਾ ਬੜਾ ਜ਼ਾਲਮ ਹੈ, ਗਰਦਨਾਂ ਤਾਂ ਗਾਜਰ ਮੂਲੀ ਵਾਂਗੂ ਵੱਢ ਦਿੰਦਾ। ਉਸ ਰਵਿਦਾਸ ਕੀ ਇਤਨੀ ਮਜ਼ਾਲ। ਗੁਰੂ ਰਵਿਦਾਸ ਜੀ, ਇਹਨਾਂ ਨੂੰ ਮਾਫ਼ ਕਰਿਓ, ਇਹ ਨਹੀਂ ਜਾਣਦੇ ਇਹ ਕੀ ਕਹਿ ਰਹੇ ਹਨ। ਗੁਰੂ ਰਵਿਦਾਸ, ਮੀਰਾ ਨੂੰ ਗਰਮ ਤੇਲ ਦੇ ਕੜਾਹੇ ਵਿੱਚ ਸੁੱਟ ਦਿਓ। ਜਦੋਂ ਮੈਂ ਉਹ ਵਸਤਰ ਚੂਸ ਰਹੀ ਸਾਂ ਤਾਂ ਮਹਾਰਾਜ ਮੈਂ ਇਸ ਦੁਨੀਆ ਤੋਂ ਕੱਟੀ ਗਈ। ਬੰਦ ਕਰ ਇਹ ਪਖੰਡਬਾਜ਼ੀ, ਸਾਨੂੰ ਦੂਸਰਾ ਕੰਗਣ ਚਾਹੀਦਾ ਹੈ। ਦੇਵੀ, ਇਸ ਚਿੱਪੀ ਨੂੰ ਤਾਂ ਵੱਡੇ ਵੱਡੇ ਰਾਜੇ ਮਹਾਰਾਜੇ ਨਹੀਂ ਭਰ ਸਕੇ। ਕੀ ਰਾਜੇ ਨੂੰ ਪਹਿਲੇ ਕਿਹਾ ਸੀ ਕਿ ਅਸੀਂ ਰਵਿਦਾਸ ਨਾਲ ਲੰਗਰ ਨਹੀਂ ਛਕਾਂਗੇ। ਫੇਰ ਤਾਂ ਰਾਜੇ ਨੇ ਰਵਿਦਾਸ ਨੂੰ ਜਾਨੋ ਮਾਰਨ ਦਾ ਹੁਕਮ ਦੇ ਦੇਣਾ। ਇਹ ਮੇਰੀ ਕਿੱਡੀ ਵੱਡੀ ਭੁੱਲ ਸੀ ਕਿ ਜੋ ਮੈਂ ਇਸ ਰੱਬ ਰੂਪ ਇਸ ਮਹਾਤਮਾ ਨੂੰ ਪਹਿਚਾਣ ਨਹੀਂ ਸਕਿਆ। ਨਾਮ ਤੇਰੋ ਆਰਤੀ ਮਜਨੇ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲੇ ਪਸਾਰੇ। ਸੰਗਤ ਚੈਨਲ 'ਚ ਬੇਨਤੀ ਕੀਤੀ ਜਾਂਦੀ ਹੈ ਕਿ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਜੀਵਨ ਸੰਬੰਧੀ ਜੋ ਫਿਲਮ ਰੱਬੀ ਨੂਰ ਗੁਰੂ ਰਵਿਦਾਸ ਗੋਪਾਲ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਹੈ, ਉਹ ਫਿਲਮ 2 ਫਰਵਰੀ 2019 ਨੂੰ ਸਾਰੇ ਸਿਨੇਮਾ ਵਿੱਚ ਰਿਲੀਜ਼ ਹੋ ਰਹੀ ਹੈ। ਸੋ ਸਾਰੇ ਹੀ ਸੰਗਤਾਂ ਦੇ ਚੰਦਾਂ 'ਚ ਨਿਮਰਤਾ ਸਾਹਿਬ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਫਿਲਮ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਔਰ ਇਸ ਫਿਲਮ ਨੂੰ ਸਿਨੇਮਾ ਦੇ ਜਾ ਕੇ ਦੇਖੋ। ਅਸੀਂ ਆਪ ਦੇ ਬਹੁਤ ਬਹੁਤ ਧੰਨਵਾਦ। ਰੱਬੀ ਨੂਰ ਗੁਰੂ ਰਵਿਦਾਸ ਜੀ ਦੀ ਫਿਲਮ ਲਈ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ 8 ਫਰਵਰੀ ਨੂੰ ਜਾ ਕੇ ਸਾਰੇ ਸਿਨੇਮਾਘਰਾਂ ਨੂੰ ਭਰ ਦਿਓ। ਮਹਾਰਾਜ ਦੇ ਜੀਵਨ 'ਤੇ ਅਤੇ ਜਿਹੜੀ ਬਣੀ ਹੋਈ ਫਿਲਮ ਆ, ਇਸ ਨੂੰ ਤੁਸੀਂ ਸਾਰੇ ਜਾ ਕੇ ਸ਼ੇਅਰ ਕਰੋ ਔਰ ਰੱਜ ਕੇ ਆਪਣਾ ਯੋਗਦਾਨ ਪਾਓ। ਸਾਡੇ ਕੋਲ ਕੁਲਦੀਪ ਪਰਮਾਰ ਬੈਠੇ ਨੇ, ਉਸਨੇ ਫੋਟੋਗ੍ਰਾਫੀ, ਅਤੇ ਮੈਂ ਸਿਨੇਮੈਟੋਗ੍ਰਾਫਰ ਕੁਲਦੀਪ ਸਿੰਘ ਪਰਮਾਰ ਫਰੋਮ ਬੋਂਬੇ। ਮੈਂ ਸਾਰੀ ਸੰਗਤ ਨੂੰ ਅਤੇ ਸਾਰੇ ਦਰਸ਼ਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦਾ ਹੈ, ਜੋ ਰੱਬੀ ਨੂਰ ਗੁਰੂ ਰਵਿਦਾਸ ਦੀ ਉੱਪਰ ਫਿਲਮ ਬਣੀ ਹੈ, ਤੁਸੀਂ ਸਾਰੇ ਜਾ ਕੇ ਸਿਨੇਮਾ ਦੇ ਵਿੱਚ ਦੇਖ ਕੇ ਸੁਭਾਗ ਪ੍ਰਾਪਤ ਕਰੋ ਅਤੇ ਤਾਂ ਕਿ ਤੁਸੀਂ ਇਸ ਫਿਲਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਤਾਂ ਕਿ ਸਾਡੀ ਕੀਤੀ ਹੋਈ ਮਦਦ ਇਸ ਮਿਹਨਤ ਦਾ ਮੁੱਲ ਪੈ ਸਕੇ ਅਤੇ ਅਸੀਂ ਅੱਗੇ ਨੂੰ ਹੋਰ ਕੰਮ ਕਰਨ ਦਾ ਯਤਨ ਕਰੀਏ। ਜੇ ਤੁਸੀਂ ਕਰ ਸਕਦੇ ਹੋ 8 ਫਰਵਰੀ ਨੂੰ ਯਾਦ ਰੱਖੋ, ਸਾਰੇ ਸਿਨੇਮਾਘਰਾਂ ਵਿੱਚ ਰੱਬੀ ਨੂਰ ਗੁਰੂ ਰਵਿਦਾਸ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਸਤਿਗੁਰੂ ਰਵਿਦਾਸ ਦੇ ਜੀਵਨ ਸੰਬੰਧੀ ਇਹ ਪੰਜਾਬੀ 'ਚੋਂ ਪਹਿਲੀ ਫਿਲਮ ਬਣੀ ਹੈ, ਇਸ ਤੋਂ ਪਹਿਲਾਂ ਕੋਈ ਵੀ ਇਸ ਫਿਲਮ ਤੋਂ ਫੀਚਰ ਫਿਲਮ ਨਹੀਂ ਬਣੀ ਹੋਈ ਜੀਵਨ 'ਤੇ। ਸੋ ਇਸ ਲਈ ਸਾਨੂੰ ਵੱਧ ਤੋਂ ਵੱਧ ਸਪੋਰਟ ਦੀ ਜ਼ਰੂਰਤ ਹੈ, ਤੁਹਾਡੇ ਸਹਿਯੋਗ ਦੀ ਵੀ, ਤਾਂ ਦੱਸਣਾ ਕਿ ਸਾਨੂੰ ਵੀ ਕੋਈ ਹੱਲਾ ਚੇਤ ਕਰ ਸਕੇ। ਸੋ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦ, ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂ। ਜੈ ਗੁਰੂ ਜੀ। ਪਰਮ ਸਤਿਕਾਰਯੋਗ ਗੁਰੂ ਸਤਸੰਗ ਜੀ, ਸਾਡੇ ਬਹੁਤ ਹੀ ਪਿਆਰੇ ਬਹੁਤ ਹੀ ਅਜੀਬ ਸਰਦਾਰ ਚਰਨ ਸਿੰਘ ਜੀ ਗੋਪਾਲ ਰਾਏ, ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਰੱਬੀ ਨੂਰ ਗੁਰੂ ਰਵਿਦਾਸ ਮਹਾਰਾਜ ਜੀ ਦੀ ਫਿਲਮ ਤਿਆਰ ਕੀਤੀ ਹੈ। ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ 8 ਫਰਵਰੀ ਨੂੰ ਇਹ ਵਿੱਚ ਰਿਲੀਜ਼ ਹੋਣ ਜਾ ਰਹੀ ਆ। ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ, ਨੌਜਵਾਨ ਬੱਚਿਆਂ ਨੂੰ ਔਰ ਸਾਰਿਆਂ ਨੂੰ ਵੱਧ ਤੋਂ ਵੱਧ ਦੇਖੋ ਔਰ ਵੱਧ ਤੋਂ ਵੱਧ ਧੰਨਵਾਦ ਕਰੋ ਸਾਡੇ ਸਤਿਕਾਰਯੋਗ ਚਰਨਜੀਤ ਸਿੰਘ ਜੀ, ਜਿਨ੍ਹਾਂ ਨੇ ਚਰਨ ਸਿੰਘ ਗੁਰਪਰ ਆਏ, ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਗੁਰੂ ਮਹਾਰਾਜ ਦਾ ਮਿਸ਼ਨ ਦਿਖਾਇਆ ਔਰ ਸਾਰੀਆਂ ਸੰਗਤਾਂ ਤੱਕ ਪਹੁੰਚਾਇਆ। ਅਸੀਂ ਉਹਦਾ ਵੀ ਧੰਨਵਾਦ ਕਰਦੇ ਹਾਂ ਔਰ ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਤੁਸੀਂ ਜਿਤਨਾ ਵੱਧ ਤੋਂ ਵੱਧ ਸਹਿਯੋਗ ਦੇਵੋਗੇ ਅਸੀਂ ਹੋਰ ਸਾਨੂੰ ਖੁਸ਼ੀ ਮਿਲੇਗੀ ਔਰ ਅੱਗੇ ਵਾਸਤੇ ਉਮੀਦ ਰੱਖਾਂਗੇ ਗੁਰੂ ਮਹਾਰਾਜ ਦਾ ਮਿਸ਼ਨ ਹੋਰ ਦਿਨ ਦੁੱਗਣੀ ਰਾਤ ਤੋਂ। ਧੰਨਵਾਦ।